ਸਤਨਾਮ ਸ਼੍ਰੀ ਵਾਹਿਗੁਰੂ ਦਾਦਾ ਦੋ ਸੁਣਾ ਦਿਓ ਕਿਸੈ ਦਾਦਾ ਦੋਸ ਨਾ ਦਿਓ ਕਿਸੈ ਦੋਸ ਕਰਮਾ ਆਪਣਿਆ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇਰੋ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇਰੋ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਸਰਬ ਰੋਗ ਕਾ ਔਖਦ ਨਾਮ 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 ਕਲਿਆਣ ਰੂਪ ਮੰਗਲ ਗੁਣ ਗਾਮ ਕਲਿਆਣ ਮੰਗਲ ਗੁਣ ਗਾਮ ਸਰਬ ਰੋਗ ਕਾ ਔਖਦ ਨਾਮ ਸਰਬ ਰੋਗ ਕਾ ਔਖਦ ਨਾਮ ਚੌਂ ਵਰਨਾ
धर्म काहू जुगत किते न पाए धर्म काहू जुगत किते न पाए धर्म नानक तिस मिले जिस लिखे पुर कर नानक जिस मिले जिस लिखे पुर कर सर्ग रोग का औखद नाम सर्ग रोग का औखद नाम कल्याण रूप मंगल गुण गाम कल्याण रूप मंगल गुण गाम सर्व रोग का औखद नाम सर्व रोग का औखद नाम औखद नाम औखद नाम वाहिगुरु परम सत्कार योग सतगुरु सच्चे पातशाह जी दी साजी नवाजी गुरु साध संगत जी साहिबां दी पावन पवित्र पते प्रवान करनी जी वाहिगुरु जी का खालसा वाहिगुरु जी की फतेह। बहुत ही बड़े भागां वाले आपां सारे जो धन धन साहिब श्री गुरु ग्रंथ साहिब जी महाराज जी के पावन पवित्र चरणों में सतगुरु सच्चे पातशाह जी की बख्शिश सदका जुड़े बैठे हैं। शब्द चल रहा है सर्व रूप का औखद नाम कल्याण रूप मंगल गुण गाम गुणा नू गाउणा एक कल्याणता दा एक बहुत सुंदर स्वरूप है। पहला नाम दी व्याख्या करो जी। नाम कोई छोटी चीज नहीं है। नाम कोई केवल एक शब्द नहीं है। नाम वो अवस्था है जिहड़ा एक शब्द नाल भी लिया जांदा है ते हर एक शब्द गुरबाणी अनुसार जो गुरमत नूं धारण करके बोलिया जांदा है उस प्रथाएं नाम दी व्याख्या कीती जा सकती है नाम दा वर्णन कीता जा सकता है। जिहड़ा नाम सिख ने अठो पहर जपना है अठो पहर जिन्हों महाराज कहते ने आठ पहर हर सिमरो प्राणी अठो पहर कोई ऐसा एक सेकेंड भी जिदे विच्चों विसरना नहीं जो महाराज आप कहते हो कि जिस वेले सच्चे पातशाह बाणी उचारण कर रहे ने उस वेले नाम नहीं जप रहे। विचार कर कि सच्चे पातशाह जिस वेले बाणी की व्याख्या कर रहे ने उस वेले नाम की अवस्था विच रहिंदियां होइयां व्याख्या नहीं कर रहे। विचार करो कि सच्चे पातशाह जिस वेले जगत कल्याण मात्र उपदेश दे रहे ने कि उस रब दे भाव दे विच रब दे नाम दे विच उपदेश नहीं किया जा रहा। विचार करो जे सच्चे पातशाह अपने आराम दे विच बैठे हैं उठत बैठत सोवत जागत ऐसी अवस्था विच हैं सहज दी अवस्था विच हैं कि उस वेले वो नाम नहीं जप रहे। विचार करें इस अवस्था नूं समझना बहुत जरूरी है। नाम दा अर्थ ही पहला हिरदे च वसाना जिथे आपां नाम जपदे हां वो अवस्था कैसी हुंदी है ते जिथे आपां नाम जपदे हां उथे अवस्था
ਇਹ ਸਰੀਰ ਇਹੀ ਹੋਏਗਾ। ਆਪਣੇ ਅੰਦਰ ਜਿਹੜਾ ਮਾਲਕ ਦਾ ਸਰੂਪ ਹੈ ਜੋ ਸਾਨੂੰ ਦੀਂਦਾ ਨਹੀਂ ਹੈ, ਜੋ ਇਹਨਾਂ ਅੱਖਾਂ ਰਾਹੀਂ ਨਜ਼ਰ ਨਹੀਂ ਆਉਂਦਾ, ਉਹ ਸਰੂਪ ਹੀ ਉਵੇਂ ਜ਼ਿਕਰ ਹੀ ਹੋਏਗਾ, ਚਾਹੇ ਸਾਨੂੰ ਸਮਝ ਹੈ ਚਾਹੇ ਸਾਨੂੰ ਸਮਝ ਨਹੀਂ ਹੈ। ਜੀਵਨ ਦੇ ਵਿੱਚ ਰੱਬ ਦਾ ਸਰੂਪ ਹਰੇਕ ਦੇ ਵਿੱਚ ਉਤਨਾ ਹੀ ਹੋਏਗਾ, ਉਤਨਾ ਹੀ ਪ੍ਰਫੁੱਲਤ ਹੋਏਗਾ ਜਿਤਨਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਿੱਚ ਹੈ, ਜਿਤਨਾ ਕਿ ਮਹਾਂਪੁਰਸ਼ਾਂ ਦੇ ਵਿੱਚ ਹੈ। ਉਹ ਅਵਸਥਾ ਨਾ ਵੱਧਦੀ ਹੈ ਅਤੇ ਨਾ ਘਟਦੀ ਹੈ। ਰੱਬ ਉਤਨਾ ਹੀ ਸਭ ਦੇ ਵਿੱਚ ਵਸ ਰਿਹਾ, ਕੋਈ ਐਸਾ ਨਹੀਂ ਹੈ ਕਿਸੇ ਛੋਟਾ ਰੱਬ ਹੈ ਕਿਸੇ 'ਚ ਵੱਡਾ ਰੱਬ, ਐਸਾ ਨਹੀਂ ਹੈ। ਜੇ ਕੋਈ ਅਵਸਥਾ ਵੱਧਦੀ ਘਟਦੀ ਹੈ ਉਹ ਹੈ ਆਪਣੀ ਮੈਂ ਦੀ ਅਵਸਥਾ, ਕਿ ਆਪਣੀ ਮੈਂ ਦੀ ਅਵਸਥਾ ਕਿਤਨੀ ਵਧੀ ਹੈ ਅਤੇ ਆਪਣੀ ਮੈਂ ਦੀ ਅਵਸਥਾ ਕਿਤਨੀ ਘਟੀ ਹੈ। ਇਹ ਅਵਸਥਾ ਜੀਵਨ ਦੇ ਵਿੱਚ ਮੈਟਰ ਕਰਦੀ ਹੈ। ਜਿੰਨਾ ਜਿੰਨਾ ਆਪਣਾ ਮਨ ਆਪਣੇ ਆਪੇ ਨੂੰ ਮਿਟਾਉਂਦਾ ਉਤਨਾ ਉਤਨਾ ਨਾਮ ਦੀ ਅਵਸਥਾ ਵੱਧਦੀ ਹੈ। ਜਿਤਨਾ ਜਿਤਨਾ ਆਪਣੇ ਮਨ ਦੀ ਅਵਸਥਾ ਆਪਣੇ ਆਪੇ ਨੂੰ ਜਣਾਉਂਦੀ ਹੈ, ਮੈਂ ਕਰਦੀ ਹੈ, ਉਤਨੀ ਆਪਣੇ ਅੰਦਰ ਮੈਂ ਦੀ ਅਵਸਥਾ ਜੀਵਨ ਦੇ ਵਿੱਚ ਆਪਣੇ ਵੱਧਦੀ ਜਾਂਦੀ ਹੈ। ਮੈਂ ਨੂੰ ਜਦੋਂ ਤੱਕ ਨਹੀਂ ਜਣਾਉਂਦਾ ਉਤਨੀ ਅਵਸਥਾ ਇਹਦੇ ਅੰਦਰ ਮੈਂ ਦੀ ਘਟਦੀ ਰਹਿੰਦੀ ਹੈ। ਇਹ ਘਟਣਾ ਅਤੇ ਵਧਣਾ ਇਹ ਮੈਟਰ ਕਰਦਾ। ਦੇਖੋ ਸੂਰਜ ਕਿਤਨਾ ਵੱਡਾ ਹੈ, ਤੁਹਾਡੀ ਖਿੜਕੀ ਘਰ ਦੀ ਕਿਤਨੀ ਹੈ, ਤੁਸੀਂ ਕਿਤਨਾ ਖੋਲੀ ਹੈ, ਉਤਨੀ ਰੋਸ਼ਨੀ ਤੁਹਾਡੇ ਵਿੱਚ ਆਉਣੀ ਹੈ, ਧਿਆਨ ਰੱਖਣਾ। ਜੇ ਤੁਸੀਂ ਪੁੱਲੇ ਪੂਰਾ ਖੁੱਲ੍ਹ ਕੇ ਘਰੋਂ ਬਾਹਰ ਆ ਗਏ, ਸੂਰਜ ਦੇ ਵਿੱਚ ਆ ਕੇ ਬੈਠ ਗਏ, ਸੂਰਜ ਦਾ ਪੂਰਾ ਪ੍ਰਕਾਸ਼ ਤੁਹਾਡੇ 'ਤੇ ਪੈਣਾ ਹੈ। ਇਹ ਤਾਂ ਤੁਸੀਂ ਆਪਣੇ ਘਰ ਦੀ ਖਿੜਕੀ ਆਪਣੇ ਘਰ ਦੀ ਬਾਰੀ ਕਿਤਨੀ ਖੋਲ੍ਹੀ ਹੈ, ਕਿਤਨਾ ਉਹਦਾ ਉਹਨੂੰ ਬੰਦ ਕੀਤਾ ਹੈ, ਉਨੀ ਰੋਸ਼ਨੀ ਤੁਹਾਡੇ ਅੰਦਰ ਆਉਣੀ ਹੈ, ਉਤਨੀ ਰੋਸ਼ਨੀ ਤੁਹਾਡੇ ਅੰਦਰ ਘਟਣੀ ਅਤੇ ਵਧਣੀ ਹੈ। ਸੋ ਸਤ ਕਰਕੇ ਜਾਣਿਓ ਸੂਰਜ ਸਭ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ ਹੈ। ਐਸਾ ਨਹੀਂ ਹੈ ਕਿਸੇ ਵਾਸਤੇ ਕੋਈ ਸੂਰਜ ਛੋਟਾ ਹੈ ਕਿਸੇ ਵਾਸਤੇ ਵੱਡਾ ਹੈ। ਇਹ ਤਾਂ ਤੁਸੀਂ ਦੇਖੋ ਕਿੱਥੇ ਖੜ੍ਹੇ ਹੋ, ਧਰਤੀ ਦੇ ਕਿਹੜੇ ਕੋਨੇ 'ਤੇ ਤੁਹਾਡੀ ਅਵਸਥਾ ਹੈ, ਤੁਸੀਂ ਕਿੰਨਾ ਕੁ ਉਹਦੇ ਪ੍ਰਤੀ ਖੁੱਲ੍ਹੇ ਹੋ। ਆਏ ਰੱਬ ਸਭ ਦੇ ਵਿੱਚ ਉਹ ਨਾ ਘਾਟ ਹੈ ਨਾ ਬਾਦ ਹੈ ਨਾ ਬਾਦ ਘਾਟ ਹੋਤ ਹੈ। ਉਹ ਜਿਹੜਾ ਮਾਲਕ ਦੀ ਆਪਣੇ ਅੰਦਰ ਅਵਸਥਾ ਹੈ ਉਹ ਸਭ ਦੇ ਵਿੱਚ, ਇੱਕ ਗੰਦੇ ਤੋਂ ਗੰਦੇ ਬੰਦੇ ਵਿੱਚ ਵੀ ਮਾਲਕ ਦੀ ਪੂਰਨ ਕਿਰਪਾ ਹੈ। ਉਹ ਆਦ ਵਿੱਚ ਵੀ ਪੂਰਨ ਹੈ, ਮੱਧ ਵਿੱਚ ਵੀ ਪੂਰਨ ਹੈ, ਅੰਤ ਵਿੱਚ ਵੀ ਪੂਰਨ ਰਹਿੰਦਾ ਹੈ। ਉਹ ਨਾ ਘਟਦਾ ਅਤੇ ਨਾ ਵੱਧਦਾ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਸ ਮਾਲਕ ਨੂੰ ਆਪਾਂ ਨੇ ਕਿਤੇ ਦੂਰ ਨਹੀਂ ਜਾਣਨਾ, ਉਸ ਮਾਲਕ ਨੂੰ ਆਪਾਂ ਨੂੰ ਗਿਆਨ ਨਹੀਂ ਹੈ। ਜਦੋਂ ਗਿਆਨ ਹੋਏਗਾ ਆਪਾਂ ਨੂੰ ਸਮਝ ਆਏਗੀ ਕਿ ਰੱਬ ਦੂਰ ਨਹੀਂ ਜਾਂਦੇ, ਆਪਾਂ ਦੂਰ ਜਾਂਦੇ, ਆਪਾਂ ਰੱਬ ਦੇ ਨੇੜੇ ਆਉਂਦੇ ਹਾਂ। ਆਪਾਂ ਜਿਤਨਾ ਮਿਟਦੇ ਹਾਂ ਉਤਨਾ ਰੱਬ ਦੇ ਨੇੜੇ ਆਉਂਦੇ ਹਾਂ, ਜਿਤਨਾ ਆਪਣੇ ਆਪ ਨੂੰ ਜਣਾਉਂਦੇ ਹਾਂ ਆਪਾਂ ਉਤਨੇ ਦੂਰ ਜਾਂਦੇ ਹਾਂ। ਸੋ ਜੀਵਨ ਦੀ ਅਵਸਥਾ ਨੂੰ ਸਮਝਣਾ ਜੀ, ਕਿ ਨਾਮ ਜਪਣ ਦੀ ਜਿਹੜੀ ਅਵਸਥਾ ਹੈ ਜਿੱਥੇ ਅਸੀਂ ਆਪਣੇ ਆਪੇ ਨੂੰ ਮਿਟਾਉਣ ਦਾ ਧਿਆਨ ਲੈ ਕੇ ਮਾਲਕ ਦੇ ਨਾਲ ਜੁੜਦੇ ਹਾਂ ਅਤੇ ਮਾਲਕ ਨੂੰ ਜਣਾਉਣ ਦਾ ਜਿੱਥੇ ਆਪਣੇ ਮਨ ਦੇ ਵਿੱਚ ਗਿਆਨ ਪ੍ਰਾਪਤ ਹੁੰਦਾ ਹੈ, ਉੱਥੇ ਭਗਤੀ ਹੁੰਦੀ ਹੈ ਭਾਈ। ਆਖੋ ਸਤਨਾਮ। ਸੋ ਅਸੀਂ ਭਗਤੀ ਆਪਣੇ ਆਪ ਨੂੰ ਮਿਟਾਉਣ ਪਿੱਛੇ ਕਰਨੀ ਹੈ। ਅਸੀਂ ਆਪਣੀ ਅਵਸਥਾ ਨੂੰ ਜਿਤਨਾ ਮਿਟਾਵਾਂਗੇ ਉਤਨਾ ਰੱਬ ਨੂੰ ਪਾਵਾਂਗੇ। ਆਪ ਗਵਾਈਏ ਤਾਂ ਸੌ ਪਾਈਏ। ਸੋ ਆਪਣੇ ਆਪੇ ਨੂੰ ਗਵਾ ਕੇ ਬੋਲਣ ਵਾਲਾ, ਆਪਣੇ ਆਪੇ ਨੂੰ ਗਵਾ ਕੇ ਉਪਦੇਸ਼ ਦੇਣ ਵਾਲਾ, ਆਪਣੇ ਆਪ ਨੂੰ ਗਵਾਉਣ ਵਾਸਤੇ ਉਪਦੇਸ਼ ਸੁਣਨ ਵਾਲਾ, ਇਹ ਨਾਮ ਦੀ ਅਵਸਥਾ ਹੈ। ਇਹ ਨਾਮ ਨੂੰ ਜਪਣਾ ਹੈ, ਇਹ ਨਾਮ ਨੂੰ ਧਿਆਉਣਾ ਹੈ ਕਿਹਾ ਜਾਂਦਾ ਹੈ ਭਾਈ। ਆਖੋ ਸਤਨਾਮ। ਇਸ ਗੱਲ ਨੂੰ ਸਮਝਣਾ।
ਸੋ ਨਾਨਕ ਕਹਿ ਘਰ ਕੇਵਲ ਨਾਮ। ਇਸ ਘਰ ਦੇ ਵਿੱਚ ਇੱਕੋ ਹੀ ਇੱਕ ਨਾਮ ਹੈ ਬਸ, ਇੱਥੇ ਕੇਵਲ ਨਾਮ ਹੀ ਜਪਾਇਆ ਜਾਂਦਾ ਹੈ, ਇੱਥੇ ਨਾਮ ਹੀ ਜੀਵਨ ਦੇ ਵਿੱਚ ਜਪਿਆ ਜਾਂਦਾ ਹੈ, ਇੱਥੇ ਨਾਮ ਚਾਹੇ ਤੁਸੀਂ ਬਾਣੀ ਪੜ੍ਹ ਰਹੇ ਹੋ ਤਾਂ ਨਾਮ ਜਪ ਰਹੇ ਹੋ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜੇ ਤੁਸੀਂ ਗੋਬਿੰਦ ਦੀ ਬਾਣੀ ਜਪ ਰਹੇ ਹੋ ਤਾਂ ਵੀ ਨਾਮ ਜਪ ਰਹੇ ਹੋ, ਜੇ ਤੁਸੀਂ ਆਪਣੇ ਮਨ ਨੂੰ ਉਪਦੇਸ਼ ਦੇ ਰਹੇ ਹੋ ਬਾਣੀ ਰਾਹੀਂ ਤਾਂ ਵੀ ਨਾਮ ਜਪ ਰਹੇ ਹੋ, ਜੇ ਤੁਸੀਂ ਆਪਣੇ ਮਨ ਦੇ ਵਿੱਚ ਸਮਝ ਕੇ ਕਿਸੇ ਨੂੰ ਉਪਦੇਸ਼ ਦੇ ਰਹੇ ਹੋ ਆਪਣੇ ਆਪੇ ਨੂੰ ਮਿਟਾਉਣ ਦਾ ਤਾਂ ਵੀ ਨਾਮ ਧਿਆ ਰਹੇ ਹੋ। ਐਸੀ ਅਵਸਥਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਸਾਰ ਵਿੱਚ ਵਿਚਰਦਿਆ ਹੋਇਆ ਨਾਮ ਦੀ ਰਹੀ। ਭਾਈ ਆਖੋ ਸਤਨਾਮ। ਤੁਸੀਂ ਫਿਰ ਇਸ ਧੁਰੇ ਤੋਂ ਸ਼ੁਰੂ ਕਰੋ ਕਿ ਅੱਠੋ ਪਹਿਰ ਜਪਣਾ, ਇੱਕ ਤਿਲ ਵੀ ਰੱਬ ਵਿਸਰਨਾ ਨਹੀਂ, ਦਮ ਦਮ ਸਦਾ ਰੱਬ ਨੂੰ ਸੰਭਾਲਣਾ। ਜੇ ਐਸਾ ਗੁਰੂ ਨਾਨਕ ਸਾਹਿਬ ਉਪਦੇਸ਼ ਦੇ ਰਹੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਉਪਦੇਸ਼ ਨੂੰ ਆਪ ਕਮਾ ਨਹੀਂ ਰਹੇ, ਵਿਚਾਰ ਕਰੋ। ਜੇ ਕਮਾ ਰਹੇ ਨੇ ਕਿ ਉਹ ਨਾਮ ਕਿਵੇਂ ਜਪ ਰਹੇ ਨੇ ਜੀਵਨ ਦੇ ਵਿੱਚ, ਜਿਸ ਵੇਲੇ ਬਾਣੀ ਉਚਾਰਨ ਕਰ ਰਹੇ ਨੇ ਉਹ ਨਾਮ ਕਿਵੇਂ ਜਪ ਰਹੇ ਨੇ, ਜਿਸ ਵੇਲੇ ਉਸ ਜੀਵਨ ਦੇ ਵਿੱਚ ਬਾਣੀ ਨੂੰ ਉਚਾਰਨ ਕਰਨ ਤੋਂ ਬਾਅਦ ਉਹਦੀ ਵਿਚਾਰ ਸੰਗਤ ਨੂੰ ਸਮਝਾ ਰਹੇ ਨੇ, ਉਹ ਨਾਮ ਕਿਵੇਂ ਜਪ ਰਹੇ ਨੇ, ਜਿਵੇਂ ਲੋਕ ਉਹਨਾਂ ਨਾਲ ਬਚਨ ਕਰ ਰਹੇ ਨੇ ਤੇ ਮਹਾਰਾਜ ਉਹਨਾਂ ਦੇ ਉੱਤਰ ਦੇ ਰਹੇ ਨੇ, ਆਪਣੇ ਆਪੇ ਨੂੰ ਮਿਟਾਉਣ ਦਾ ਤੇ ਰੱਬ ਨਾਲ ਜੁੜਨ ਦਾ ਉਸ ਭਾਵ ਤੋਂ। ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ। ਨਹੀਂ ਤਾਂ ਤੁਸੀਂ ਕਦੇ ਖਿਆਲ ਕਰੋ ਜਿਵੇਂ ਲੋਕ ਵਿਆਖਿਆ ਕਰੀ ਜਾ ਰਹੇ ਨੇ ਕਿ ਤੁਸੀਂ ਗੱਲਬਾਤ ਕਰਦਿਆਂ ਹੋਇਆਂ ਇਸ ਤਰ੍ਹਾਂ ਨਾਮ ਜਪ ਸਕਦੇ ਹੋ ਜਿਵੇਂ ਲੋਕ ਸਮਝਾ ਰਹੇ ਨੇ, ਕਿ ਐਸਾ ਨਾਮ ਦੀ ਵਿਆਖਿਆ ਜਿਵੇਂ ਲੋਕ ਆਮ ਜਿਹੜੇ ਬੰਦਿਆਂ ਨੂੰ ਗਿਆਨ ਨਹੀਂ ਹੁੰਦਾ ਉਹ ਮੇਰੇ ਵਰਗਾ ਉੱਠ ਕੇ ਜਦੋਂ ਬੋਲਣ ਲੱਗ ਜਾਂਦਾ ਕਿ ਉਹ ਜਿਸ ਵੇਲੇ ਬੱਚਾ ਸਕੂਲ ਜਾਵੇ, ਬੱਚਾ ਸਕੂਲ ਦੇ ਵਿੱਚ ਪੜ੍ਹਦਾ ਹੋਵੇ, ਉਹ ਨਾਮ ਦੀ ਅਵਸਥਾ ਨੂੰ ਕਿਵੇਂ ਧਾਰਨ ਕਰੇਗਾ? ਕਿ ਤੁਸੀਂ ਉਹਦੇ ਹੱਥ 'ਚ ਮਾਲਾ ਪਕੜਾਓਗੇ? ਕਿ ਤੁਸੀਂ ਉਹਨੂੰ ਇਹ ਗਿਣਤੀ ਕਰਨ ਦਾ ਇਹ ਦਿਓਗੇ, ਬੇਟਾ ਤੂੰ ਇੰਨੀ ਦੇਰ ਤਾਂ ਪੜ੍ਹੀ, ਫਿਰ ਉਦੋਂ ਇੰਨੀ ਵਾਰ ਐਂ ਜੱਪੀ ਤੇ ਫਿਰ ਤੇਰਾ ਪੜ੍ਹਿਆ ਫਿਰ ਪੂਰਾ ਨਾਮ ਹੋਜੂਗਾ? ਐਂ ਕਹਿ ਸਕਦੇ ਹੋ? ਨਹੀਂ ਕਹਿ ਸਕਦੇ। ਇਹ ਸਮਝਣਾ, ਇਹ ਜੀਵਨ ਦੇ ਵਿੱਚ ਵਸਾਉਣਾ, ਸਾਨੂੰ ਆਮ ਜੀਵਨ ਦੇ ਵਿੱਚ ਸਰਲਤਾ ਦੇ ਨਾਲ ਸਾਡੇ ਮਨਾਂ ਦੇ ਵਿੱਚ ਵਸਾਉਣਾ ਇਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਲੋਕ ਰੱਬ ਦੇ ਨਾਮ ਤੋਂ ਹੀ ਕਹਿੰਦੇ ਭਾਈ ਅੱਜ ਜਪਣ ਨੂੰ ਹਟ ਗਏ, ਉਹ ਕਹਿੰਦੇ ਜੀ ਜਿਹੜਾ ਕੰਮ ਕਰਨਾ ਹੈ ਤਾਂ ਰੱਬ ਦਾ ਨਾਮ ਜਪਣਾ ਹੈ। ਮਹਾਰਾਜ ਕਹਿੰਦੇ ਕੰਮ ਕਰਨਾ ਕਰਦਿਆਂ ਹੋਇਆਂ ਰੱਬ ਦਾ ਧਿਆਨ ਰੱਖਣਾ ਕਿ ਰੱਬ ਕਰਾਉਂਦੇ ਨੇ ਇਹ ਨਾਮ ਜਪਣਾ ਹੈ। ਕੰਮ ਕਰਦਿਆਂ ਹੋਇਆਂ ਇਹ ਧਿਆਨ ਜੀਵਨ ਦੇ ਵਿੱਚ ਪੂਰਾ ਸਾਡੇ ਹਿਰਦੇ 'ਚ ਟਿਕਿਆ ਤਦ ਜਾਣਨਾ ਜਦੋਂ ਕੋਈ ਵੀ ਕੰਮ ਤੁਹਾਡਾ ਖਤਮ ਹੋ ਜਾਏ, ਪੂਰਾ ਹੋ ਜਾਏ ਤੇ ਤੁਹਾਡਾ ਮਨ ਰੱਬ ਦਾ ਨਾਮ ਲੈ ਸਕੇ, ਮਾਲਕ ਤੇਰਾ ਕੀਤਾ ਹੋਇਆ ਤਾਂ ਨਾਮ ਜਪਿਆ ਜਾਣੋ ਕੰਮ ਕਰਦਿਆਂ ਹੋਇਆਂ। ਨਹੀਂ ਤਾਂ ਕੰਮ ਕਰਦਿਆਂ ਹੋਇਆਂ ਵੀ ਬੰਦਾ ਅਭਿਮਾਨੀ ਹੋ ਜਾਂਦਾ। ਭਾਈ ਆਖੋ ਸਤਨਾਮ। ਅਭਿਮਾਨੀ ਹੋ ਜਾਂਦਾ। ਕਿਰਿਆ ਸਾਰੀ ਸਿੱਖ ਦੀ ਇੱਥੇ ਤੱਕ ਮਹਾਰਾਜ ਨੇ ਕਰਮ ਦੀ ਟਿਕਾਈ ਹੈ ਕਿ ਕੰਮ ਸਭ ਨੇ ਕਰਨਾ ਹੈ ਪਰ ਰੱਬ ਦੀ ਨਦਰ ਵਿੱਚ ਰਹਿ ਕੇ ਕਰਨਾ। ਆਖੋ ਸਤਨਾਮ। ਰੱਬ ਦੀ ਨਦਰ ਵਿੱਚ, ਰੱਬ ਦੀ ਨਦਰ ਦਾ ਅਰਥ ਹੈ ਜਿਵੇਂ ਕੈਮਰੇ ਲੱਗੇ ਹੁੰਦੇ ਨਾ ਇੱਥੇ, ਦੇਖੋ ਕਿੰਨੇ ਕੈਮਰੇ ਲੱਗੇ ਹੋਏ ਨੇ ਅੱਜ ਕੱਲ੍ਹ ਤੇ ਲੋਕ ਕਹਿੰਦੇ ਜੀ ਆਪਾਂ ਵੀ ਆਰ ਅੰਡਰ ਦ ਸਰਵਲੈਂਸ, ਅਸੀਂ ਲੋਕਾਂ ਦੀ ਨਿਗਾਹ ਵਿੱਚ ਹਾਂ, ਦੇਖਿਓ ਕਿਤੇ ਗਲਤੀ ਕਰ ਬੈਠੋ, ਜੇ ਗਲਤੀ ਕੀਤੀ ਪਕੜੇ ਜਾਵਾਂਗੇ, ਜੇ ਗਲਤੀ ਕੀਤੀ ਅਸੀਂ ਬਚਾਂਗੇ ਨਹੀਂ, ਸਜ਼ਾ ਮਿਲਣੀ ਹੈ, ਜੇ ਗਲਤੀ ਕੀਤੀ ਆਪਾਂ ਦੋਸ਼ੀ ਹੋ ਜਾਵਾਂਗੇ। ਤੇ ਕਿੰਨਾ ਬੰਦਾ ਬਚਦਾ ਫਿਰ ਉਸ ਤੋਂ, ਤੁਸੀਂ ਆਪ ਦੇਖੋ। ਇਵੇਂ ਚਿੱਕਰ ਜਦੋਂ ਬੰਦੇ ਨੂੰ ਇਹ ਗੱਲ ਸਮਝ ਆ ਜਾਏ ਕਿ ਮਨਾ ਤੂੰ ਚਾਹੇ ਇਕੱਲਾ, ਚਾਹੇ ਉੱਥੇ ਕੋਈ ਵੀ ਨਹੀਂ ਹੈ, ਚਾਹੇ ਤੇਰੇ ਕੋਲ ਹਜ਼ਾਰ ਮੌਕਾ ਹੈ, ਪਰ ਤੇਰੇ ਮਨ ਨੂੰ ਇਹ ਗਿਆਨ ਹੋਣਾ ਚਾਹੀਦਾ ਕਿ ਰੱਬ ਦੇਖਦਾ ਹੈ। ਆਖੋ ਸਤਨਾਮ। ਤੂੰ ਰੱਬ ਦੀ ਨਿਗਾਹ ਵਿੱਚ ਹੈ, ਤੂੰ ਰੱਬ ਦੀ ਸਰਵਲੈਂਸ ਵਿੱਚ ਹੈ, ਦੁਨੀਆਂ ਦੇਖੇ ਨਾ ਦੇਖੇ। ਵਾਹਿਗੁਰੂ ਸਦ ਸੁਣਦਾ,
ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਜਦੋਂ ਤੱਕ ਤੂੰ ਬੋਲ ਰਿਹਾ ਇਹ ਯਾਦ ਰੱਖੀ, ਜਦੋਂ ਤੱਕ ਤੇਰਾ ਜੀਵਨ ਹੈ, ਜਦੋਂ ਤੱਕ ਤੂੰ ਜਿਉਂਦਾ ਹੈ, ਤੂੰ ਰੱਬ ਦੀ ਨਿਗਾਹ ਤੋਂ ਬਚ ਨਹੀਂ ਸਕਦਾ। ਆਖੋ ਸਤਨਾਮ, ਨਹੀਂ ਬਚ ਸਕਦਾ। ਐਸੀ ਨਿਗਾਹ ਜਿਹੜੀ ਸਾਨੂੰ ਹਮੇਸ਼ਾ ਦੇਖਦੀ ਹੈ, ਐਸੀ ਨਿਗਾਹ ਜਿਹੜੀ ਸਾਨੂੰ ਹਮੇਸ਼ਾ ਪ੍ਰਤਾੜਨਾ ਕਰਦੀ ਹੈ, ਐਸੀ ਨਿਗਾਹ ਜਿਸ ਤੋਂ ਆਪਾਂ ਕਦੇ ਬਚ ਨਹੀਂ ਸਕਦੇ, ਉਸਦਾ ਗਿਆਨ ਹੀ ਗੁਰਬਾਣੀ ਹੈ। ਆਖੋ ਸਤਨਾਮ, ਉਸਦਾ ਗਿਆਨ ਹੀ ਪ੍ਰਾਪਤ ਕਰਨਾ। ਐਸੀ ਨਿਗਾਹ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਬਾਣੀ ਗਾਉਣੀ। ਜੇ ਤੁਸੀਂ ਇਕੱਲੇ ਵੀ ਬੈਠ ਕੇ ਗਾ ਰਹੇ ਹੋ, ਤੁਹਾਨੂੰ ਕੋਈ ਨਹੀਂ ਦੇਖ ਰਿਹਾ, ਕੋਈ ਨਹੀਂ ਸੁਣ ਰਿਹਾ, ਤਾਂ ਵੀ ਤੁਹਾਡੇ ਮਨ ਨੂੰ ਲੱਗੇ, ਤੁਹਾਡੇ ਮਨ ਨੂੰ ਗਿਆਨ ਹੋਵੇ ਕਿ ਸੁਣੇ ਚਾਹੇ ਨਾ ਸੁਣੇ ਰੱਬ ਸੁਣਦਾ ਹੈ। ਆਖੋ ਸਤਨਾਮ, ਕੋਈ ਦੇਖੇ ਨਾ ਦੇਖੇ ਰੱਬ ਦੇਖ ਰਿਹਾ। ਜੀਵਨ ਦੇ ਵਿੱਚ ਐਸਾ ਗਿਆਨ ਪ੍ਰਾਪਤ ਕਰਨ ਦਾ ਗਿਆਨ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਹੈ। ਐਸਾ ਗਿਆਨ, ਮਹਾਰਾਜ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ, ਐ ਮੇਰੇ ਮਨਾ, ਜਿਵੇਂ ਤੂੰ ਵਾਹਿਗੁਰੂ ਵਾਹਿਗੁਰੂ ਜਪਦਾ, ਤੈਨੂੰ ਹਾਲੇ ਵਾਹਿਗੁਰੂ ਕਹਿਣ ਦਾ ਜਾਂਚ ਵੀ ਨਹੀਂ ਆਈ। ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਅਗਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ, ਕੀਮਤ ਕਿਨੇ ਨਾ ਪਾਇਆ, ਕਿਤੇ ਨਾ ਲਿਆ ਜਾਏ, ਗੁਰ ਕੈ ਸ਼ਬਦ ਭੇਦਿਆ, ਇਨ ਬਿਦ ਵਸਿਆ ਮਨ ਆਏ। ਆਖੋ ਸਤਨਾਮ। ਸੋ ਨਾਮ ਦੀ ਵਿਆਖਿਆ ਸੁਣੋ ਜੀ, ਰੱਬ ਦਾ ਕੋਈ ਇੱਕ ਨਾਮ ਨਹੀਂ ਹੈ। ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਪਰਮੇਸ਼ਵਰ ਕਹਿੰਦਾ, ਕੋਈ ਗੋਬਿੰਦ ਕਹਿੰਦਾ, ਕਿੰਨੇ ਨਾਮ ਨੇ ਰੱਬ ਦੇ। ਕੀ ਆਪਾਂ ਸਾਰੇ ਨਾਮ ਲੈਂਦੇ ਨਹੀਂ ਹਾਂ? ਆਪਾਂ ਸਾਰੇ ਨਾਮ ਜਪਦੇ ਹਾਂ ਰੱਬ ਦੇ, ਪਰ ਉਹ ਸਾਰੇ ਨਾਮਾਂ ਦਾ ਇੱਕ ਜਿਹੜਾ ਮੂਲ ਨਾਮ ਹੈ, ਬੀਜ ਨਾਮ, ਉਹ ਹੈ ਗੁਰਮੰਤਰ। ਆਖੋ ਸਤਨਾਮ। ਗੁਰਮੰਤਰ ਜੋ ਸਾਨੂੰ ਗੁਰੂ ਜੀ ਨੇ ਦਿੱਤਾ ਹੈ, ਤਾਂ ਕਿ ਅਸੀਂ ਸਾਰੇ ਨਾਮਾਂ ਨੂੰ ਲੈਂਦਿਆਂ ਹੋਇਆਂ ਹਿਚਕਚਾਈਏ ਨਾ। ਅਸੀਂ ਸਾਰੇ ਨਾਮਾਂ ਨੂੰ ਲੈਂਦਿਆਂ ਹੋਇਆਂ ਸਾਡੇ ਮਨ ਦੇ ਵਿੱਚ ਰੋਸ਼ਨੀ ਰਹੇ, ਸਾਡੇ ਮਨ ਨੂੰ ਇਹ ਗਿਆਨ ਰਹੇ ਕਿ ਅੱਲਾ ਕਹਿਣਾ ਵੀ ਉਸੇ ਦਾ ਨਾਮ ਹੈ ਜਿਹਨੂੰ ਅਸੀਂ ਤੂੰ ਕਹਿੰਦੇ ਹਾਂ। ਅਸੀਂ ਖੁਦਾ, ਰਹੀਮ, ਕਰੀਮ ਇਹ ਕਹਿੰਦਿਆਂ ਹੋਇਆਂ ਵੀ ਉਸ ਰੱਬ ਦਾ ਨਾਮ ਲੈ ਰਹੇ ਹਾਂ ਜਿਹਨੂੰ ਅਸੀਂ ਤੂੰ ਕਹਿੰਦੇ ਹਾਂ। ਉਸ ਰੱਬ ਨੂੰ ਅਸੀਂ ਰਾਮ, ਗੋਬਿੰਦ, ਗੁਸਾਈ ਕਹਿੰਦੇ ਹਾਂ ਜਿਹਨੂੰ ਅਸੀਂ ਤੂੰ ਕਹਿੰਦੇ ਹਾਂ, ਜਿਹਦੇ ਨਾਲ ਸਾਡੀ ਮੈਂ ਚੱਲ ਰਹੀ ਹੈ, ਮੈਂ ਬੋਲ ਰਹੀ, ਜਿਹਨੂੰ ਕਹਿੰਦੇ ਮੈਂ ਪਾਠ ਕੀਤਾ ਤਾਂ ਕੀਤਾ ਕਿਉਂਕਿ ਤੂੰ ਕਰਾਉਣਾ, ਮੈਂ ਤੇਰੇ ਦਰ ਤੇ ਤਾਂ ਆਇਆ ਕਿਉਂਕਿ ਤੂੰ ਲੈ ਕੇ ਆਇਆ, ਜਿਹਨੂੰ ਆਪਾਂ ਤੂੰ ਕਹਿ ਰਹੇ ਨਾ ਤੂੰ। ਕਹਿੰਦੇ ਉਸੇ ਦੇ ਨਾਮ ਸਾਰੇ ਨੇ, ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਆਖੋ ਸਤਨਾਮ। ਤਾਂ ਉਹ ਕਾਰਨ ਸਾਹਿਬਾ ਰੰਗ ਰਤੇ, ਕਹਿੰਦੇ ਤੇਰੇ ਵਾਸਤੇ ਸਾਰੇ ਰੰਗ ਵਿੱਚ ਰਤੇ ਹੋਏ ਨੇ, ਮੈਂ ਵੀ ਤੇਰੀ ਰੰਗਤ ਵਿੱਚ ਰਤਿਆ ਹੋਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਐਸੇ ਨਾਮ ਦੀ ਵਿਆਖਿਆ ਦਿੱਤੀ ਹੈ ਭਾਈ। ਸੋ ਸਿੱਖ ਜਿਸ ਵੇਲੇ ਐਸੇ ਨਾਮ ਦੇਣ ਵਾਲੇ ਗੁਰੂ ਦਾ ਕਹਿੰਦੇ ਭਾਈ ਹਿਰਦੇ ਵਿੱਚ ਗੁਰਮੰਤਰ ਵਸਾਉਂਦਾ, ਗੁਰਮੰਤਰ ਜਿਵੇਂ ਬੱਚਾ ਬਚਪਨ ਤੋਂ ਆਪਾਂ ਇਸ ਦਰ ਤੇ ਲੈ ਕੇ ਆਉਣਾ ਹੋਵੇ, ਇਸ ਖਿਆਲ ਦੇ ਵਿੱਚ ਬੱਚੇ ਨੂੰ ਲੈ ਕੇ ਆਉਣਾ ਹੋਵੇ, ਉਹਨੂੰ ਲੈ ਕੇ ਆਉਣ ਵਾਲਾ ਚਾਹੇ ਆਪਾਂ ਹੋਈਏ ਚਾਹੇ ਨਾ ਹੋਈਏ, ਗੁਰਬਾਣੀ ਉਹਦੇ ਨਾਲ ਰਹੇ, ਗੁਰਬਾਣੀ ਦੇ ਲੜ ਲੱਗਿਆ ਰਹੇ, ਗੁਰਬਾਣੀ ਨੂੰ ਹਿਰਦੇ ਚ ਵਸਾਵੇ, ਗੁਰਬਾਣੀ ਅਨੁਸਾਰ ਚੱਲਣ ਲੱਗ ਜਾਏ, ਤੇ ਗੁਰੂ ਦੇ ਨਾਲ ਇਸ ਗੁਰਬਾਣੀ ਨੂੰ ਜਿਹਨੂੰ ਆਪਾਂ ਗੁਰੂ ਕਹਿ ਰਹੇ ਹਾਂ ਇਹਦੇ ਨਾਲ ਜੋੜਨਾ ਹੋਵੇ, ਤੇ ਕੀ ਉਹਦੇ ਮਨ ਅੰਤਰ ਵਸਾਈਏ, ਕੀ ਉਹਦੇ ਮਨ ਅੰਤਰ ਉਤਾਰੀਏ ਜਿਹਦੇ ਨਾਲ ਉਹ ਮਨ ਅੰਤਰੋਂ ਉਸ ਨਾਲ ਜੁੜ ਜਾਏ, ਉਹਨੂੰ ਗੁਰਮੰਤਰ ਕਹਿੰਦੇ ਨੇ। ਕੀ ਕਹਿੰਦੇ ਨੇ? ਗੁਰਮੰਤਰ। ਗੁਰ ਗਿਆਨ ਦੇਣ ਵਾਲਾ, ਜਿਹੜਾ ਗੁਰੂ ਜੀ ਦਾ ਸੋਝੀ ਦੇਣ ਵਾਲਾ, ਮਨ ਅੰਤਰ ਉਤਾਰਨ ਵਾਲਾ ਸ਼ਬਦ ਹੈ, ਉਹ ਹੈ ਵਾਹਿਗੁਰੂ, 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 ਐਸਾ ਸ਼ਬਦ ਹਿਰਦੇ ਚ ਵਸਾਉਣ। ਸੋ ਆਓ ਇੱਕ ਪੰਕਤੀ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰੀਏ। ਫਿਰ ਇਸ ਸ਼ਬਦ ਨੂੰ ਪੜ੍ਹੋ ਜੀ, ਸਰਬ ਰੋਗ ਔਖਦ ਨਾਮ। ਸੋ ਵਾਹਿਗੁਰੂ ਜਪਣਾ
गुरबाणी नाल जुड़ना ए भी नाम है, कीर्तन करना ए भी नाम है, गुरबाणी अनुसार अपनी मैं नूं ना जना के बोलना ए भी नाम है। याद रखना जिथे जिथे मैं करदे आ उथे उथे नाम तो दूर हो रहे हैं। भाई आखो सतनाम, जरा पढ़ो प्यार नाल शब्द जी। सर्ब रोग का औखद नाम, सर्ब रोग का औखद नाम, कल्याण रूप मंगल गुण गाम, कल्याण रूप मंगल गुण गाम, सर्ब रोग का औखद नाम, सर्ब रोग का औखद नाम, औखद नाम, औखद नाम, औखद नाम। आओ ये जथा जो आप जी दे सन्मुख कीर्तन कर रहे सी, संत महाराज संत बाबा दर सिंह जी बुंगा मस्तवाना साबो की तलवंडी, उतों दा हजूरी रागी जथा आए हर पिंडां दे विच, हर शहरां दे विच जाके देशां विदेशां विच कीर्तन करदा है, गुरु महाराज दे बाणी नाल संगत नूं जोड़न दा प्रयास करदा है, जो संत अत्र सिंह जी महाराज जी दा मिशन सी। सो इस भाव दे नाल संगतां विच विचरदा है, बाणी पढ़द्या होया कीर्तन करद्या अनेक प्रकार दीआं गलतियां बेअदबियां त्रुटियां रह गईआं हन जी, अनजाण बच्चे समझ के माफ करना संगत ते सतगुरु सच्चे पातशाह बख्शन योग हन। आओ फतेह दा बाजा फतेह विच देना जी। वाहिगुरु जी का खालसा।